ਪਰ ਹੁਣ 5 ਲੱਖ ਉਹਨਾਂ ਤੋਂ ਇਹਨੇ ਲੈ ਲਿਆ ਵਾ, ਤਾਂ 5 ਲੱਖ ਰੁਪਏ ਨੂੰ ਦੁਬਾਰਾ ਮਜਬੂਰ ਕਰ ਰਿਹਾ, ਤਾਂ ਮੈਨੂੰ 5 ਲੱਖ ਹੋਰ ਦਿਓ। ਇਹ ਜਿਹੜਾ ਮਾਈਨਿੰਗ ਦਾ ਸੀਜ਼ਨ ਹੈ ਸਿਰਫ 30 ਤਰੀਕ ਤੱਕ ਹੈ। ਮੈਂ ਖੁਦ ਉੱਥੇ 8 ਲੱਖ ਦਾ ਇੱਕ ਕਿੱਲਾ ਮਾਈਨਿੰਗ ਵਾਸਤੇ ਲਿਆ ਵਾ। ਮੈਂ ਖੁਦ ਇਹਨੂੰ ਬੇਨਤੀ ਕੀਤੀ ਵੀ ਕਾਹਦੇ ਵਾਸਤੇ ਤੂੰ ਉਹ ਕਰ ਰਿਹਾ, ਨੁਕਸਾਨ ਕਰ ਰਿਹਾ, ਪਰ ਇਹ ਬੰਦਾ ਕਹਿੰਦਾ ਜਦ ਮੈਨੂੰ ਪੈਸੇ ਦਵਾਓ ਨਹੀਂ ਮੈਂ ਕੰਮ ਨਹੀਂ ਕਰਾਂਗਾ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਧੋਆ ਤੋਂ ਹੋਏ ਜਾਨਲੇਵਾ ਹਮਲੇ ਨੇ ਨਵਾਂ ਮੋੜ ਲੈ ਲਿਆ ਹੈ। ਹਮਲੇ ਵਿੱਚ ਸ਼ਾਮਲ ਰਜਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਹੀ ਵਰਕਰ ਹੈ। ਉਹਨਾਂ ਨੇ ਸੰਧੋਆ ਨੂੰ ਜਿਤਾਉਣ ਲਈ ਕਾਫੀ ਮਿਹਨਤ ਕੀਤੀ, ਹੁਣ ਸੰਧੋਆ ਕਾਰੋਬਾਰੀਆਂ ਨੂੰ ਬਲੈਕਮੇਲ ਕਰ ਰਿਹਾ ਸੀ। ਇਸ ਸੰਬੰਧੀ ਉਸ ਵੱਲੋਂ ਆਪਣੀਆਂ ਫੋਟੋਆਂ ਵੀ ਰਿਲੀਜ਼ ਕੀਤੀਆਂ ਗਈਆਂ ਹਨ। ਫੋਟੋਆਂ ਦੇ ਵਿੱਚ ਅਜਵਿੰਦਰ ਸਿੰਘ ਵਿਧਾਇਕ ਸੰਧੋਆ ਦੇ ਨਾਲ ਨਜ਼ਰ ਆ ਰਿਹਾ ਹੈ। ਇਹ ਆਪਸੀ ਰੰਜਸ ਦਾ ਮਾਮਲਾ ਹੈ। ਹਾਂਜੀ, ਮੈਂ ਆਪਣੇ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ, ਜੋ ਇਹ ਸੰਧੋਏ ਨਾਲ ਘਟਨਾ ਕਾ ਵਰਤਿਆ, ਮੈਨੂੰ ਖੁਦ ਉਹਦਾ ਦੁੱਖ ਹੈ, ਪਰ ਇਸ ਬੰਦੇ ਨੇ ਇਹ ਹਾਲਾਤ ਹੀ ਇੱਦਾਂ ਦੇ ਕਰਤੇ ਵੀ ਇਹਨੂੰ ਇਹਦਾ ਜਵਾਬ ਦੇਣਾ ਪੈ ਗਿਆ। ਇਹਨੇ ਮੇਰੇ ਤੋਂ ਹਫ਼ਤਾ ਪਹਿਲਾਂ ਮੇਰੇ ਕੋਲ ਆਪਣਾ ਭਣੋਈਆ ਅਤੇ ਆਪਣਾ PA ਭੇਜਿਆ, ਉਹ ਮੈਨੂੰ ਕਹਿੰਦੇ ਵੀ ਸਾਡੀ ਕਲੈਕਸ਼ਨ ਨਾਲ ਗੱਲ ਕਰਾ, 1 ਲੱਖ ਰੁਪਇਆ ਸਾਰਿਆਂ ਤੋਂ ਦਵਾ, ਵੀ ਸਾਡਾ ਖਰਚਾ ਨਹੀਂ ਚੱਲ ਰਿਹਾ, ਵੀ ਸਾਡੀਆਂ ਭੋਗਾਂ ਨੂੰ ਜਾਣਾ ਪੈਂਦਾ, ਟੂਰਨਾਮੈਂਟਾਂ ਨੂੰ ਜਾਣਾ ਪੈਂਦਾ, ਤਨਖਾਹ ਮੇਰੀ 80-90 ਹਜ਼ਾਰ ਹੈ, ਮੇਰੇ ਖਰਚੇ ਬਹੁਤ ਜ਼ਿਆਦਾ। ਮੈਂ ਇਹਨੂੰ ਕਿਹਾ ਵੀ ਲੋਕਲ ਕਰੈਚਰ ਹੈ, ਸਾਰੇ ਇਹ ਗੱਲਾਂ ਮੇਰੇ ਸਭ ਤੁਹਾਡੇ ਵਾਸਤੇ ਚੰਗੀਆਂ ਗੱਲਾਂ ਨੇ। ਔਰ ਖੁਦ ਅਸੀਂ ਪਹਿਲਾਂ ਬਣਾਉਣ ਦੇ ਵਿੱਚ ਇਹਨੂੰ ਦਿਨ ਰਾਤ ਮਿਹਨਤ ਕੀਤੀ, ਅਸੀਂ 10-15 ਸਰਪੰਚਾਂ ਨੇ ਇਕੱਠੇ ਹੋ ਕੇ ਇਹਨੂੰ 5-7 ਲੱਖ ਰੁਪਇਆ ਇਲੈਕਸ਼ਨ ਫੰਡ ਦਿੱਤਾ, ਔਰ ਆਪਣੀਆਂ ਗੱਡੀਆਂ ਤੋੜੀਆਂ, ਖੁਦ ਇਹਨੂੰ ਹੱਥੀ ਬਣਾਇਆ। ਅਸੀਂ ਸਾਡੀ ਗਲਤੀ ਸਮਝ ਲਓ, ਬਦਨਸੀਬੀ ਸਮਝ ਲਓ ਸਾਡੀ, ਮੁੜ ਕੇ ਹੁਣ ਇਹ ਮਾਈਨਿੰਗ ਵਾਲੇ ਜਿਹੜੇ ਉਹ ਹੈਗੇ ਜਿਹਨਾਂ ਕੰਮ ਚੱਲਦਾ, ਸਾਹਿਬ ਜੀ ਥੋੜ੍ਹੀ ਆ ਜੀ, ਉੱਥੇ ਉਹਨਾਂ ਦਾ ਜੋ ਵੀ ਹੈ ਕੰਮ 1 ਨੰਬਰ ਹੈ, ਕੋਈ ਉਹ ਨਹੀਂ ਹੈ। ਇਹਨੇ ਹਫ਼ਤਾ ਪਹਿਲਾਂ ਵੀ ਗਾਹ ਪਾਇਆ ਤਾਂ ਉਹਨੇ ਬਕਾਇਦਾ DC ਸਾਹਿਬ ਨੇ ਟੀਮਾਂ ਬਣਾ ਕੇ ਭੇਜੀਆਂ, ਉਹਨੇ ਪਮੈਸ਼ ਕੀਤੀ, ਬਕਾਇਦਾ ਸਭ ਕੁਝ ਕਰਨ ਤੋਂ ਬਾਅਦ ਦੁਬਾਰਾ ਕੰਮ ਚੱਲਿਆ ਤਾ। ਇਹ ਦੁਬਾਰਾ ਹੁਣ 5 ਲੱਖ ਉਹਨਾਂ ਤੋਂ ਇਹਨੇ ਲੈ ਲਿਆ ਵਾ, ਤਾਂ 5 ਲੱਖ ਰੁਪਏ ਨੂੰ ਦੁਬਾਰਾ ਮਜਬੂਰ ਕਰ ਰਿਹਾ, ਤਾਂ ਮੈਨੂੰ 5 ਲੱਖ ਹੋਰ ਦਿਓ। ਇਹ ਜਿਹੜਾ ਮਾਈਨਿੰਗ ਦਾ ਸੀਜ਼ਨ ਹੈ ਸਿਰਫ 30 ਤਰੀਕ ਤੱਕ ਹੈ। ਮੈਂ ਖੁਦ ਉੱਥੇ 8 ਲੱਖ ਦਾ ਇੱਕ ਕਿੱਲਾ ਮਾਈਨਿੰਗ ਵਾਸਤੇ ਲਿਆ ਵਾ। ਮੈਂ ਖੁਦ ਇਹਨੂੰ ਬੇਨਤੀ ਕੀਤੀ ਵੀ ਕਾਹਦੇ ਵਾਸਤੇ ਤੂੰ ਉਹ ਕਰ ਰਿਹਾ, ਨੁਕਸਾਨ ਕਰ ਰਿਹਾ, ਪਰ ਇਹ ਬੰਦਾ ਕਹਿੰਦਾ ਜਦ ਮੈਨੂੰ ਪੈਸੇ ਦਵਾਓ ਨਹੀਂ ਮੈਂ ਕੰਮ ਨਹੀਂ ਚੱਲਣ ਦੇਣਾ। ਉੱਥੇ ਜਿਸ ਟਾਈਮ ਅਸੀਂ ਇਹਨੂੰ ਸਮਝਾਉਣ ਗਏ, ਕੋਈ ਗੈਂਗਸਟਰ ਨਹੀਂ ਸੀ, ਕੋਈ ਇੱਦਾਂ ਦਾ ਸਾਡਾ ਉਹ ਨਹੀਂ ਹੈ, ਮੇਨ ਮੋਹਤਵਰ ਬੰਦੇ ਆ, ਮੇਰੇ ਖੁਦ ਮਦਰ ਸਰਪੰਚ ਹੈ, ਪਿੰਡ ਦੇ ਪੰਚ ਹੈ ਜਾਂ ਚਾਚਾ ਜੀ, ਜਿੰਨੇ ਤੇ ਸਾਡੇ ਇਹਨੂੰ ਸਮਝਾਉਣ ਗਏ ਨਾ, ਮੁਰਦ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਉਹਦੇ ਕਰਕੇ ਜੋ ਘਟਨਾ ਕੰਮ ਹੋਇਆ। ਬਾਕੀ ਮੀਡੀਆ ਥਰੂ ਮੈਂ ਦੱਸਣਾ ਚਾਹੁੰਦਾ, ਜਿਹੜੇ ਇਹਨੇ ਪੈਸੇ ਲਏ ਵੇ 5 ਲੱਖ ਰੁਪਇਆ, ਉਹ ਬਕਾਇਦਾ ਸਬੂਤ ਹੈ। ਮੈਂ ਪ੍ਰਸ਼ਾਸਨ ਨੂੰ ਜਾਂ DC ਸਾਹਿਬ ਜੋ ਵੀ ਮੈਨੂੰ ਮੌਕੇ 'ਤੇ ਕਹਿਣਗੇ, ਮੈਂ ਉਹਨਾਂ ਨੂੰ ਉਹ ਮੂਵੀ ਦੇਣ ਨੂੰ ਤਿਆਰ ਹੈ ਜਿਹਦੇ ਵਿੱਚ 5 ਲੱਖ ਰੁਪਇਆ ਲੈਂਦਾ, ਔਰ 5 ਦੀ ਹੋਰ ਮੰਗ ਕਰਦਾ। ਆਪ ਵਿਧਾਇਕ ਅਮਰਜੀਤ ਸਿੰਘ ਸੰਧੋਆ 'ਤੇ ਹਮਲਾ ਕਰਨ ਵਾਲੇ ਅਜਵਿੰਦਰ ਸਿੰਘ ਵੱਲੋਂ ਫੋਟੋਆਂ ਜਾਰੀ ਕਰਨ ਤੋਂ ਬਾਅਦ ਜਿੱਥੇ ਇਸ ਮਾਮਲੇ ਨੇ ਨਵਾਂ ਮੋੜ ਲਿਆ ਹੈ, ਉੱਥੇ ਹੀ ਵਿਰੋਧੀਆਂ ਨੇ ਵੀ ਆਪ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਪਾਰਟੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਆਪ ਵਿਧਾਇਕ 'ਤੇ ਹੋਏ ਹਮਲੇ 'ਤੇ ਉਹ ਨਿਖੇਧੀ ਕਰਦੇ ਹਨ, ਪਰ ਇਸ ਦੇ ਨਾਲ ਹੀ ਅਜਵਿੰਦਰ ਸਿੰਘ ਵੱਲੋਂ ਜੋ ਸੰਧੋਆ 'ਤੇ ਬਲੈਕਮੇਲ ਕਰਨ ਅਤੇ ਪੈਸਿਆਂ ਦੇ ਲੈਣ ਦੇਣ ਦੇ ਦੋਸ਼ ਲਗਾਏ ਜਾ ਰਹੇ ਹਨ, ਉਹ ਉਸਦੀ ਵੀ ਜਾਂਚ ਦੀ ਮੰਗ ਕਰਦੇ ਹਨ। ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੇ ਨਾਲ ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੂਡੇ।